ਸਸ਼ੀਕਾਲ ਜੀ ਅਸੀਂ ਬਲਵੀ ਸਟੋਰ ਪੋਸਟੋਂ ਵਿੱਚੋਂ ਲੁਧਿਆਣਾ ਤੋਂ ਬੋਲ ਰਹੇ ਸਾਨੂੰ ਪਿਆਰ ਪ੍ਰੀਤ ਸਸ਼ੀਕਾਲ ਆਈ ਹੋਪ ਕਿ ਸਭ ਠੀਕ ਠਾਕ ਹੋਣਗੇ ਤਾਂ ਅੱਜ ਅਸੀਂ ਲਾਈਵ ਲੈ ਕੇ ਆਏ ਤੁਹਾਡੇ ਪਾਸੇ ਡਿਜ਼ਾਈਨਡ ਡ्रेसेस ਜਿਹੜੀ ਹੋਣਗੇ ਸਬਿਆ ਸਾਚੀ ਮਨੀਸ਼ ਨੋਤਰਾ ਰੀਤੂ 베ਰੀ ਸਤਿਆ ਪੋਲ ਡਿਜ਼ਾਈਨਰ ਅਨੀਤਾ ਡੋਂਗਰੇ ਔਰ ਹਰ ਤਰ੍ਹਾਂ ਦਾ ਆਰਟੀਕਲ ਮਿਲੇਗਾ ਜੈਕਟ ਸੈਲ ਵੀ ਹੋਏਗਾ ਪੈਪਲਮ ਟੋਪ ਵੀ ਹੋਏਗਾ ਲਹਿੰਗਾ ਚੋਲੀ ਵੀ ਹੋਏਗਾ ਹਰ ਤਰ੍ਹਾਂ ਦਾ ਤੁਹਾਨੂੰ ਆਰਟੀਕਲ ਇਸ ਵੀਡੀਓ ਦੇ ਦੇਖਣ ਨੂੰ ਮਿਲੇਗਾ ਕਿਉਂਕਿ ਬਹੁਤ ਡਿਮਾਂਡਸ ਆ ਰਹੀਆਂ ਨੇ ਡੀਐਮਸ ਆ ਰਹੀਆਂ ਨੇ ਕਸਟਮਰਾਂ ਦੇ ਅੱਗੇ ਸਾਡੇ ਪੂਰੇ ਵਰਲਡ ਦਾ ਪਵਿੱਤਰ ਤਿਹਾਰ ਕਰਵਾ ਜੋ ਦਾ ਵਰਤ ਆ ਰਿਹਾ ਵਾ ਦੀਵਾਲੀ ਦਿਸ਼ਰਾ ਫੈਸਟੀਵਲਸ ਆ ਰਹੇ ਨੇ ਨਵਰਾਤੇ ਤੋਂ ਮੈਰੀ ਸਟਾਰਟ ਹੋ ਗਈਆਂ ਨੇ 15 ਤਰੀਕ ਤੋਂ ਤਾਂ ਹਰ ਕਸਟਮਰ ਨੂੰ ਨੀਡ ਹੈਗੀ ਆ ਅੱਛੇ ਡਿਜ਼ਾਈਨਰ ਆਰਟੀਕਲ ਦੀ ਤਾਂ ਸਭ ਤੋਂ ਪਹਿਲਾਂ ਮਨੇ ਸ਼ਾਪ ਦੇ ਵਟਸਐਪ ਨੰਬਰ ਤੁਹਾਨੂੰ ਸ਼ੋ ਕਰਦੇ ਆ ਇਹ ਤਿੰਨ ਸ਼ਾਪ ਦੇ ਵਟਸਐਪ ਨੰਬਰ ਨੇ ਫਸਟ ਸੈਕਿੰਡ ਥਰਡ ਇਹਨਾਂ ਨੰਬਰਾਂ ਦੇ ਕਿਸੇ ਵੀ ਇੱਕ ਨੰਬਰ ਨੂੰ ਚੂਸ ਕਰੋ ਸਕਰੀਨ ਸ਼ਾਟਸ ਲੋ ਔਰ ਨੰਬਰਾਂ ਤੇ ਵਟਸਐਪ ਕਰੋ ਔਰ ਹਰ ਤਰ੍ਹਾਂ ਦਾ ਆਰਟੀਕਲ ਤੁਹਾਨੂੰ ਮਿਲੇਗਾ ਸਭ ਨੂੰ ਰਿਕਵੈਸਟ ਆ ਕਿ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਇੱਕ ਇੱਕ ਆਰਟੀਕਲ ਸਮਥਿੰਗ ਕਲਾਸਿਕ ਹੋਏਗਾ ਔਰ ਇੱਕ ਨਾਲ ਦਾ ਇੱਕ ਪੀਸ ਹੋਏਗਾ ਕਿਸੇ ਵੀ ਆਰਟੀਕਲ ਜਿਸ ਤੁਹਾਨੂੰ ਕੁਆਂਟੀਟੀ ਨਹੀਂ ਮਿਲੇਗੀ ਕਿਉਂਕਿ ਸਾਰੇ ਲੇਟੈਸਟ ਔਰ ਡਿਜ਼ਾਈਨਰ ਆਰਟੀਕਲ ਦਿਖਾਵਾਂਗੇ ਤੁਹਾਨੂੰ ਅਸੀਂ ਹਰ ਏਜ ਪਰਸਨ ਵਾਸਤੇ ਤੇ ਸਟਾਰਟ ਕਰਦੇ ਆ ਜੀ ਆਰਟੀਕਲ ਨੰਬਰ 1 ਤੋਂ ये आएगा सिस्टर जी सत्यापोल ब्रांड पीस आएगा शोर्ट कुर्ती बनी हुई है ये सारा प्रिंटेड के उपर सारा हाईलाइट होएगा प्रॉपरली जीरो नंबर कटताने का होएगा ये उपर और मस्टर्ड ग्रीन कलर है और नीचे जहाँ वॉक किया नीचे जोड़ा होगा बॉटमेगा आएगा। जाफा आएगा फुल फ्लेयर वाला देखो बैकते पूरी प्रिंटिंग हैगीर डिजाइनर वालों दबट्टा नाल लॉन्च किया ना गया वा वह किया गया चोकोर दपट्टा जी देखो लुक प्योर कशीन करे सब तो वो गल जो फैब्रिक आ दिस इज द प्योर प्योर शमोई फैब्रिक ਸਭ ਤੋਂ ਕੋਸਲੀ ਔਰ ਬਹੁਤ ਹੀ ਡਿਊਰਬਿਲਟੀ ਵਾਲਾ ਫੈਬਰਿਕ ਹੁੰਦਾ ਇਹ ਤੇ ਸਾਈਜ਼ ਮੈਂ ਤੁਹਾਨੂੰ ਦੱਸ ਦਵਾਂ ਸਭ ਤੋਂ ਤੁਹਾਨੂੰ 38 40 ਐਂਡ 42 ਕੋਈ ਇਦਾਂ ਦੇ ਪੀਸੇਸ ਹੋਣਗੇ ਜਿਨ੍ਹਾਂ ਤੁਹਾਨੂੰ 44 ਵੀ ਮਿਲ ਸਕਦਾ ਵਾ ਔਰ ਉਸ ਤੋਂ ਬਾਅਦ ਥੋੜਾ ਕੋਈ ਲਾਰਜ ਸਾਈਜ਼ ਹੈਗਾ ਵਾ 46 ਜਾਂ 48 ਉਹ ਵੀ ਤੁਸੀਂ ਆਪਣਾ ਆਰਡਰ ਤੇ ਮੇਕਿੰਗ ਕਰਵਾ ਸਕਦੇ ਹੋ ਤੇ ਲੋ ਜੀ ਆਰਟੀਕਲ ਨੰਬਰ 1 ਹੋਏਗਾ 14070 14000 ਐਂਡ 70 ਰੁਪੀਜ਼ ਓਨਲੀ ਫੋਰ ਔਰ ਕੋਈ ਵੀ ਆਰਟੀਕਲ ਆ ਚਾਹੇ ਸਿਸਟਰ ਜੀ ਲੌਂਗ ਡਰੈੱਸ ਆ ਜਾਂ ਪਾਕਿਸਤਾਨੀ ਸ਼ਾਰਾ ਗਰਾਰਾ ਉਹ ਸਭ ਦੀ ਅਲਟਰੇਸ਼ਨ ਹੋਏਗੀ ਫ੍ਰੀ ਯੂ ਕੋਸ ਕਿਸੇ ਵੀ ਆਰਟੀਕਲ ਦੇ ਚਾਰजेस ਨਹੀਂ ਹੋਣਗੇ ਰੈਡੀ ਹੋਲਡ ਅਲਟਰ ਕਰਨ ਦੇ ਲਾਜ਼ੀ ਇਹ ਆਏਗਾ ਸੈਕੰਡ ਆਰਟੀਕਲ ਹੋਏਗਾ ਪਾਕਿਸਤਾਨੀ ਸ਼ਾਰਾ ਸਿਸਟਰ ਜੀ ਬਣਿਆ ਹੋਇਆ ਪਿਓਰ ਰੋ ਦੇ ਉੱਤੇ ਹੋਏਗਾ ਔਰ ਨੀਚੇ ਸਾਰਾ ਸ਼ਾਰਾ ਬਣਿਆ ਰਫਜ਼ ਵਾਲਾ ਸ਼ਾਰਾ ਹੋਏਗਾ 60 ਗ੍ਰਾਮ ਜੋੜ ਦਾ ਫੈਬਰਿਕ ਹੋਏਗਾ ਔਰ ਆਹਦੇ ਕੋ ਬਾਜ਼ੂ ਦਾ ਸਟਾਈਲ ਲਿਖੋ ਕਿ ਨਾ ਪੈਰਾ ਵਾ ਯਾਨੀ ਕਿ ਇੰਨਾ ਆਰਟੀਕਲ ਕਰਕੇ ਸਾਨੂੰ ਕਨਵਰਸਿੰਗ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਦਿਸ ਇਜ਼ ਦਾ ਔਰ ਲੇਟੈਸਟ ਆਰਟੀਕਲ ਨੇ ਸੱਭਿਆ ਸਾਚੀ ਦਾ ਇਹ ਬ੍ਰਾਂਡ ਪੀਸ ਆ ਬੈਗ ਤੋਂ ਡੀਪ ਗਲਾ ਬਣਿਆ ਹੋਇਆ ਵਾ ਹਲਕੀ ਹਲਕੀ ਬੂਟੀ ਹੈਗੀ ਆ ਔਰ ਇਹ ਆਏਗਾ ਜੀ ਇਹਦਾ ਫਰੰਟ ਪਾਰਟ ਤੁਸੀਂ ਵਾਕਮੈਨਸ਼ਿਪ ਦੇਖੋ ਸਿਸਟਰ ਜੀ ਲਾਈਟ ਸਕਾਈ ਬਲੂ ਕਲਰ ਦਾ ਆਰਟੀਕਲ ਹੈਗਾ ਵਾ ਔਰ ਆ ਆਏਗਾ ਬਹੁਤ ਹੀ ਸੋਨਾ ਔਰ ਡਿਜ਼ਾਈਨਰ ਦੁਪੱਟਾ ਸਸ਼ੀਕਾਲ ਜੀ ਸਸ਼ੀਕਾਲ ਕਰਮਜੀਤ ਕੌਰ ਜੀ ਸਸ਼ੀਕਾਲ ਜੀ ਗੁਲਜੀਤ ਧਾਲੀਵਾਲ ਜੀ ਹਰਪ੍ਰੀਤ ਕੌਰ ਜੀ ਰਿੰਪੀ ਸ਼ਰਮਾ ਜੀ ਸਾਰਿਆਂ ਨੂੰ ਦਿਲ ਤੋਂ ਧੰਨਵਾਦ ਔਰ ਇਹ ਆਏਗਾ ਜੀ ਆਰਟੀਕਲ ਨੰਬਰ 2 ਹੋਏਗਾ ਸਿਸਟਰ ਜੀ ਪਯੋ ਰੋਡ ਤੇ ਆਰਟੀਕਲਸ ਕੀਤਾ ਹੋਇਆ ਵਾ ਇਹ 23870 only 23870 ਦੀ ਰੇਂਜ ਦੇ ਅੰਦਰ ਜੀ ਇਹ ਆਏਗਾ ਇੰਡੋ-वेस्टर्न ਸਟਾਈਲ ਜੀ ਨੀਚੇ ਦੀ ਆਏਗੀ ਹੈਰਮ ਬੋਟਮ ਆਏਗੀ ਸਿਸਟਰ ਪ੍ਰੋਪਰਲੀ ਇੰਡੋ-वेस्टर्न ਸਟਾਈਲ ਚ ਫਿਰ ਸ਼ਾਰਟ ਬਲਾਊਜ਼ ਆ ਔਰ ਸਭ ਤੋਂ ਖਾਸ ਕੀ ਆ ਇਹ ਵਿਦਆਊਟ ਅਟੈਚ ਯਾਨੀ ਕਿ ਰਿਮੂਵੇਬਲ ਜੈਕਟ ਹੈਗੀ ਆ ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਯੂਜ਼ ਕਰ ਸਕਦੇ ਹੋ ਬਾਜ਼ੂ ਸਭ ਦੇ ਨਾਲ ਨੇ ਆ ਦੇਖੋ ਬੈਕ ਕਿੰਨੀ ਪਿਆਰੀ ਆ ਇਹ ਆਏਗਾ ਜੀ ਪਿਓਰ ਡਸ਼ਿਨ ਕਰੇਵ ਦੇ ਉੱਪਰ ਆਰਟੀਕਲ ਬਣਿਆ ਹੋਇਆ ਸਿਸਟਰ ਜੀ ਔਰ ਇਹ ਤੇ ਚੋਲੀ ਦਾ ਪਾਰਟ ਦੇਖੋ ਇਹਦਾ ਸਾਰਾ ਲੇਟੈਸਟ ਵਾਕ ਆ ਸਾਰਾ ਸਾਰਾ ਕਸਬ ਦਾ ਦਬਕਾ ਡੋਰੀ ਐਂਡ ਸਾਰਾ ਇੰਪੋਰਟ ਮਟੀਰੀਅਲ ਦੇ ਨਾਲ ਸਿਲਿਆ ਹੋਇਆ ਇੱਕ ਪੀਸ ਹੈਗਾ ਵਾ ਔਰ ਇਹ ਆਰਟੀਕਲ ਜਿਹੜਾ ਆਏਗਾ ਕਰੇਪ ਦੇ ਉੱਪਰ ਆਏਗਾ ਔਰ ਇਹ ਆਰਟੀਕਲ 3 ਨੰਬਰ ਆਰਟੀਕਲ ਹੈ 24190 ਓਨਲੀ ਫੋਰ 24190 ਤੇ ਪਲੀਜ਼ ਵੀਡੀਓ ਨੂੰ ਨਾਲ ਦੀ ਨਾਲ ਸ਼ੇਅਰ ਕਰਦੇ ਰਹੋ ਕਿ ਤੁਹਾਡੀ ਵੀਡੀਓ ਹਰ ਪਰਸਨ ਤੱਕ ਇਹ ਪਹੁੰਚ ਸਕੇ ਕਿਉਂਕਿ ਹਰ ਹਰ ਕਸਟਮਰ ਨੂੰ ਹਰ ਫੈਮਿਲੀ ਮੈਂਬਰ ਨੂੰ ਨੀਡ ਹੈਗੀ ਆ ਕਾ ਚੋ ਫੈਮਿਲੀ ਫੰਕਸ਼ਨ ਨੇ ਖੁਦ ਹੀ ਵੈਡਿੰਗ ਹੈਗੀ ਆ ਆ ਦੇਖੋ ਪਾਕਿਸਤਾਨੀ ਸ਼ਾਰਾ ਤੁਸੀਂ ਵਾਕ ਦੇਖੋ ਸਸਤਾ ਜੀ ਇਹਦਾ ਸਾਰਾ ਦਬਕੇ ਦੇ ਨਾਲ ਸੀਕਵੈਂਸਲੀ ਹੋਈ ਆ ਬਹੁਤ ਸੋਹਣਾ ਪੀਚ ਕਲਰ ਹੈਗਾ ਵਾ ਔਰ ਇਹਦੇ ਪਾਸ ਸਾਰਾ ਸਕੈਲਪਿੰਗ ਦਾ ਬਾਰਡਰ ਹੋਏਗਾ ਪਰਲਸ ਨੇ ਦਬਕਾ ਸਿਲਿਆ ਹੋਇਆ ਹੈ ਵਾ ਕੁਟਕੀ ਸਿਲੀ ਹੋਈ ਆ ਔਰ ਬਾਜ਼ੂ ਵੀ ਆਣਗੇ ਫੁੱਲ 슬ੀਵਜ਼ ਇਹਦੇ ਕੀ ਬਾਤ ਹੈ ਜੀ ਅਲਕੋ ਇਸ ਤਰ੍ਹਾਂ 28 ਤੋਂ ਪੂਰੀ ਫਿਟਿੰਗ ਹੋਏਗੀ ਪੂਰਾ ਫਲੇਅਰ ਹੋਏਗਾ ਔਰ ਇਹ ਬਣਿਆ ਹੋਇਆ ਪਿਓਰ 60 ਗ੍ਰਾਮ ਫੈਬਰਿਕ ਦੇ ਉੱਪਰ ਜੀ ਲੋ ਜੀ ਇਹਦਾ ਬੈਗ ਦਾ ਸਟਾਈਲ ਦੇਖੋ ਜੀ ਪਰ ਪਰ ਸਾਰਾ ਡੋਰੀ ਸੀਕੁਐਂਸ ਸਾਰਾ ਹੈਂਡਵਰਕ ਹੋਏਗਾ ਜੋ ਅੱਜਕੱਲ ਲੇਟੈਸਟ ਚੱਲ ਰਹੇ ਨੇ ਸਾਰੇ ਬ੍ਰਾਂਡ ਦੇ ਸੂਟ ਸਾਰੇ ਨੇ ਉਹਨਾਂ ਚੋਂ ਇੱਕ ਪੀਸ ਹੋਏਗਾ ਇਹ ਵਾਲਾ ਔਰ ਆਏਗਾ ਦੁਪੱਟਾ ਪਿਓਰ ਚਿਨੌਨ ਦਾ ਦੁਪੱਟਾ ਹੋਏਗਾ ਫੋਰ ਸਾਈਡ ਫਿਨਿਸ਼ਿੰਗ ਦਾ ਬਾਰਡਰ ਹੋਏਗਾ ਸਿਸਟਰ ਜੀ ਔਰ ਇਹ ਆਏਗਾ ਜੀ ਆਰਟੀਕਲ ਨੰਬਰ 4 ਔਰ ਰੇਂਜ ਹੋਣ ਵਾਲੀ ਹੈ 19580 ਓਨਲੀ ਫੋਰ 19580 ਤੇ ਸਾਰੇ ਆਰਟੀਕਲ ਸਿੰਗਲ ਸਿੰਗਲ ਆਰਟੀਕਲ ਨੇ ਸਭ ਡਿਜ਼ਾਈਨਰ ਦੇ ਬ੍ਰਾਂਡ ਪੀਸਿਸ ਹੈਗੇ ਨੇ ਇੱਕ ਆਏਗਾ ਨੇਵੀ ਬਲੂ ਕਲਰ ਜੀ ਇਹ ਆਏਗਾ ਸ਼ਾਰੇ ਦੇ ਨਾਲ ਸਾਰਾ ਸ਼ਾਰੇ ਦੇ ਵਰਕ ਕੀਤਾ ਹੈ ਮਲਟੀ ਹੈਡ ਦਾ ਵਰਕ ਹੋਏਗਾ ਕੰਮ ਦੇਖੋ ਸਿਸਟਰ ਜੀ ਦਾ ਪ੍ਰੋਪਰ ਥਰੈਡ ਵਰਕ ਆ yellow ਕਲਰ ਥਰੈਡਸ ਹੋਣਗੇ ਬ੍ਰਾਊਨ ਕਲਰ ਦੇ ਹੋਣਗੇ ਆ ਆਏਗਾ ਸ਼ਰਦਾ ਪੈਟ ਇਹ ਲੈਂਥ ਆਏਗੀ 40 ਐਂਡ 42 ਲੈਂਥ ਹੋਏਗੀ ਸਾਰੇ ਦੇ ਸਾਈਜ਼ਸ ਤੁਹਾਨੂੰ ਮਿਲ ਜਾਣਗੇ और सिर तुम अपने चेस्ट वेस्ट हिपस एंड करो से मिलने की तो प्रॉपर थोड़ा थोड़े सइज पीसिस मिले दपेटे नेवी ब्लू कलर आ सिस जी वाला और नैकलाइन से एम्ब्रॉयडी देखो इनकी प्यारी की हुई है सारा थ्रेड वर्क है सीकेंस सिली हुई है दप्टा है प्योर चनोन का नेवी ब्ल्यू कलर है सिस्टर जी और यह आएगा जी डिजाइन नंबर फाइव होएगा और रेंज होएगी बारह नौ सौ नब्बे ट्वेल्व थाउजेंड नाइन नाइनटी ओनली फोर एक आएगा डिजाइनर अनीता डोंगरे वर्ल्ड ਫੇਮਸ ਦਾ ਡਿਜ਼ਾਈਨਰ ਦਾ ਬ੍ਰਾਂਡ ਪੀਸ ਹੋਏਗਾ ਜੀ ਸ਼orts ਸ਼ਰਟ ਦੇ ਨਾਲ ਹੋਗਾ ਇੱਕ ਸ਼ੋਰਟ কুরਤੀ ਦੇ ਨਾਲ ਬੜਾ ਸ਼ਾਰਾ ਠੀਕ ਕਰੀਏ ਤਾਂ ਆਹ ਲੋ ਜੀ ਜਾਣੇ ਕੀ ਫੁੱਲੀ ਲੇਅਰ ਸ਼ਾਰਾ ਬਣਿਆ ਹੋਇਆ ਸਿਸਟਰ ਜੀ ਜਿਵੇਂ ਬਸ ਸਕਰਟ ਵੇਅਰ ਕਰਦੇ ਹੋ ਉਹਨਾਂ ਸ਼ਾਰਾ ਹੋਏਗਾ ਅਗਰ ਤੁਹਾਡੀ ਚੁਆਇਸ ਹੋਏਗੀ ਨੀਚੇ ਸਕਰਟ ਵੇਅਰ ਕਰਦੇ ਸਿਰ ਪਾ ਪਾਰਟੀਸ਼ਨ ਨੂੰ ਬੰਦ ਕਰਨਾ ਵਾ ਤਾਂ ਨੀਚੇ ਸ਼ਾਰਾ ਰੈਡੀ ਹੋ ਜਾਏਗਾ ਤਾਂ ਆਪਣਾ ਪੂਰਾ ਸਕਰਟ ਬਣ ਜਾਏਗੀ ਆ ਦੇਖੋ ਬਾਜ਼ੂ ਕਿੰਨੇ ਪਿਆਰੇ ਨੇ ਸਾਰੀ ਡੋਰੀ ਸਿਲੀ ਹੋਈ ਹੈ ਗੋਟਾ ਪੱਤੀ ਹੋਏਗਾ ਲੋ ਜੀ ਆ ਬੈਗ ਕੋਈ ਬੈਗ ਦੇ ਉੱਪਰ ਨੈਕ ਲਾਈਨ ਹੈਗੀ ਆ ਪੂਰੇ ਸਟ੍ਰਾਈਪਸ ਬਨੇ ਹੋਏ ਨੇ ਬਾਰਡਰ ਸਿਲਿਆ ਹੋਇਆ ਬਾ ਦੁਪੱਟਾ ਦਿਖਾ ਬਟੇ ਦੁਪੱਟੇ ਦੇ ਜੀ ਪ੍ਰੋਪਰਲੀ 4 ਸਾਈਡ ਬਾਰਡਰ ਅਸਿਸਟਾ ਜੀ ਪ੍ਰੋਪਰ ਲੈਰੀਆ ਕੰਮ ਦੇਖੋ ਜੀ ਇਹਦਾ ਬਹੁਤ ਸਮਾਰਟ ਵੋਕ ਬਹੁਤ ਸਮਾਰਟ ਵੋਕ ਇਕਦਮ ਨਟਨ ਕਲੀਨ ਵੋਕ ਕੀਤਾ ਹੋਇਆ ਦੁਪੱਟੇ ਦੀ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਦੁਪੱਟਾ ਹੋਏਗਾ ਆਰਗੈਂਜ਼ਾ ਦਾ ਤੇ ਕਲਰ ਹੈਗਾ ਪਿਆਜ਼ੀ ਅਨੀਅਨ ਕਲਰ ਜੀ ਤੇ ਆਏਗਾ ਜੀ 30260 30260 ਓਨਲੀ 4 ਉਤਰਾ ਗਈ ਲੋ ਜੀ ਨੈਕਸਟ ਆਰਟੀਕਲ ਜੀ ਇਹ ਆਏਗਾ ਜੀ ਪੈਰਟ ਗ੍ਰੀਨ ਕਲਰ ਹੋਏਗਾ ਸਿਸਟਰ ਜੀ ਨੀਚੇ ਸ਼ਾਰੇ ਤੇ ਵਾਕ ਆ ਸਾਰਾ ਪਿਓਰ ਮਿਰਰ ਵਾਕ ਫੁੱਲੀ ਲੇਅਰ ਸ਼ਾਰੇ ਨੇ ਸਿਸਟਰ ਜੀ ਜਨ ਕੀ 3-3 ਚਾਰ-ਚਾਰ ਮੀਟਰ ਦੇ ਲੇਅਰ ਬਨੇ ਹੋਏ ਨੇ ਤੇ ਆ ਆਏਗਾ ਸ਼ਰਟ ਦਾ ਪਾਰਟ ਸਿਸਟਰ ਇਹਦਾ ਪ੍ਰੋਪਰਲੀ ਪਾਲਵੋ ਕਾ ਸਾਰੇ ਜ਼ਰਕੋਨ ਸਿਲ ਦੀ ਆਉਟਿੰਗ ਕੀਤੀ ਹੋਈ ਆ ਔਰ ਲੈਂਥ ਹੋਏਗੀ 30 ਐਂਡ ਜਾਂ 40 ਇਹਦੀ ਲੋ ਜੀ ਬੈਕ ਤੇ ਨੈਕ ਬਣਿਆ ਹੋਇਆ ਵਾ ਨੀਚੇ ਪੂਰਾ ਅੱਛਾ ਬਾਰਡਰ ਆ ਸਾਰੇ ਫੈਬਰਿਕ ਪਿਓਰ ਨੇ ਸਿਸਟਰ ਵੀ ਕਿਸੇ ਵੀ ਕਾ ਫੈਬਰਿਕ ਦੇ ਨਾਲ ਕਿਸੇ ਵੀ ਐਮਬਰੋਡ ਨੇ ਕੋਈ ਵੀ ਕੰਪਰਮਾਈਜ਼ ਨਹੀਂ ਕੀਤਾ ਹੁੰਦਾ ਸਾਡਾ ਆ ਦੇ ক্লোਜ਼ ਅਪ ਦੇਖੋ ਜੀ ਹਾਂ ਪਲੀਜ਼ ਵੀਡੀਓ ਸ਼ੇਅਰ ਕਰੋ ਨਾਲ ਦੀ ਨਾਲ ਸਭ ਤੱਕ ਇਹ ਵੀਡੀਓ ਪਹੁੰਚਾ ਸਕੀਏ ਆਪਾਂ ਲੋ ਜੀ 20640 20640 ਦੀ ਰੇਂਜ ਦੇ ਅੰਦਰ ਜੀ ਇਹਦਾ ਬਟੇ ਸ਼ਰਟ ਲੱਗਾ ਨਹੀਂ ਪਲਾਜ਼ੋ ਇੱਕ ਆਰਟੀਕਲ ਦਿਖਾਉਣ ਜਾ ਰਹੇ ਆ ਜੀ ਇਹ ਅਨਾਰ ਕਲੀ ਦੇ ਨਾਲ ਪਲਾਜ਼ੋ ਸੈੱਟ ਕੀਤਾ ਗਿਆ ਵਾ ਅ ਨੀਚੇ ਪਲਾਜ਼ੋ ਤੇ ਬਾਰਡਰ ਬਣਿਆ ਹੋਇਆ ਸਿਸਟਰ ਜੀ ਸਕਾਈ ਬਲੂ ਕਲਰ ਆ ਬਹੁਤ ਸੋਹਣਾ 걸 ਰਹੇਗਾ ਵਾ ਔਰ ਇਹਦਾ ਸ਼ਰਟ ਦਾ ਜਿਹੜਾ ਪਾਰਟ ਆਏਗਾ ਜਿਆ ਬੜੇ 2 ਮਿੰਟ ਵੇਟ ਕਰਿਓ ਜੀ ਕੋਕਿ ਸਿੰਪਲ ਸੋਬਰ ਆ ਜਿਵੇਂ ਘਰ ਚ ਫੈਮਿਲੀ ਫੰਕਸ਼ਨ ਆ ਤੁਹਾਡੀ ਖੁਦ ਹੀ ਵਿਡਿੰਗ ਹੈਗੀ ਆ ਤਾਂ ਤੁਸੀਂ ਟਰੂਜ਼ੋ ਵਾਸਤੇ ਇਹਨਾਂ ਸੂਟਾਂ ਨੂੰ ਐਡ ਕਰ ਸਕਦੇ ਹੋ ਲੋ ਜੀ ਬੜਾ ਥੋੜਾ ਪ੍ਰੈਸ਼ਰ ਉੱਪਰ ਕਰੀ ਅਸੀਂ ਨੂੰ ਬੋਲਦੇ ਆ ਮਸਕ ਅਲੀ ਸਟਾਈਲ ਜੀ ਨੀਚੇ ਸਾਡਾ ਬਾਰਡਰ ਆਏਗਾ ਥੋੜਾ ਛੋਟਾ ਪਰ ਛੱਟ ਕਰੀ ਬਟੇ ਇਹ ਥੋੜਾ ਹੋਰ ਪਰ ਕਰੀ ਆਹ ਦੇਖੋ ਜੀ ਨੀਚੇ ਪਲਾਜ਼ੋ ਦਾ ਬਾਰਡਰ ਨਜ਼ਰ ਆਏਗਾ ਜੀ ਔਰ ਮਸਕ ਅਲੀ ਮੀਨਸ ਸੈਣੀ ਕਲੀਆਂ ਇੱਥੋਂ ਸਟਾਰਟ ਹੋਣਗੀਆਂ ਉੱਪਰੋਂ ਕੋਈ ਯੋਗ ਸਟਾਈਲ ਨਹੀਂ ਹੋਏਗਾ ਔਰ ਆ ਦੁਪੱਟਾ ਦੇਖੋ ਪਿਓਰ ਵੂਵਨ ਦਾ ਦੁਪੱਟਾ ਸਿਸਟਰ ਜੀ ਕੋਈ ਵੀ ਐਮਬ੍ਰੋਇਡਰੀ ਨਹੀਂ ਕੀਤੀ ਹੋਈ ਇਹਦੇ ਤੇ ਸਿੰਪਲ ਸੋਬਰ ਐਲੀਗੈਂਟ ਜਿਵੇਂ ਅੱਗੇ ਆਪਣੇ ਫਲੈਕਸੀਬਲ ਸਟਾਰਟ ਹੋ ਰਹੇ ਨੇ ਕਿਤੇ ਵੀ ਵੇਅਰ ਕਰ ਲੋ ਯਾਨੀ ਕਿ ਬਹੁਤ ਹੀ ਬਿਊਟੀਫੁੱਲ ਪੀਸ ਹੈਗਾ ਵਾ ਇਹ ਆਏਗਾ ਜੀ 16550 16550 only 4g ਸਾਈਜ਼ ਤਿੰਨ ਹੈਗੇ ਨੇ 38 40 ਐਂਡ 42 ਲੋ ਜੀ ਪਾਕਿਸਤਾਨੀ ਸ਼ਾਹਰਾਜੀ ਇਹ ਆਏਗਾ ਜੀ ਮਾਊਸ ਕਲਰ ਦੇ ਉੱਪਰ ਕੰਮ ਦੇਖੋ ਜੀ ਇਹਦਾ ਸਾਰਾ ਮਲਟੀ ਵਾਕ ਕੀ ਬਾਤ ਹੈ ਜੀ ਬਹੁਤ ਸਮਾਰਟ ਵਾਕ ਹੈਗਾ ਵਾ نیچے ਮਹਿਰੂਨ ਪੀਕੋ ਕਰਾ ਦੇ ਪੈਚਸ ਕਰਕੇ ਵਾਕ ਕੀਤਾ ਹੋਇਆ ਵਾ ਔਰ ਡਿਜ਼ਾਈਨਰ ਬਾਜ਼ੂ ਫੁੱਲ ਹੈਵੀ ਬਾਜ਼ੂ ਨੇ ਔਰ ਇਹ ਆਏਗਾ ਸ਼ਾਹਰੀ ਦਾ ਪੈਟਰਨ ਜੀ ਦਾ ਬੜੇ ਬੈਕਰ ਪ੍ਰੋਪਰ ਬੈਕ ਤੇ ਗਲਾ ਹੋਏਗਾ ਬਾਰਡਰਸ ਯਾਨੀ ਕਿ ਸਬ ਅਲਟੀਮੇਟ ਡਿਜ਼ਾਈਨਰ ਬ੍ਰਾਂਡ ਦੇ ਪੀਸਿਸ ਹੋਣਗੇ ਕਿਉਂਕਿ ਸਬ ਸਿੰਗਲ ਸਿੰਗਲ ਆਰਟੀਕਲ ਨੇ ਕਿਸੇ ਚ ਵੀ ਤੁਹਾਨੂੰ ਕੁਆਂਟੀਟੀ ਨਹੀਂ ਮਿਲੇਗੀ ਔਰ ਆ ਆਏਗਾ ਦੁਪੱਟਾ ਇਹਦਾ ਕੀ ਬਾਤ ਹੈ ਜੀ ਫਿਨਿਸ਼ਿੰਗ ਬਾਰਡਰ ਕੋਈ ਸਭ ਤੋਂ ਵੱਡੀ ਕਾਰੀਗਰਦੀ ਖਾਸੀਅਤ ਕੀ ਹੁੰਦੀ ਆ ਉਹਦੇ ਫਿਨਿਸ਼ਿੰਗ ਐਮਬ੍ਰੋਇਡਰੀ ਬਹੁਤ ਕਲਾਸਿਕਲ ਹੋਣੀ ਚਾਹੀਦੀ ਆ ਔਰ ਰਿੰਦੇ ਕੋਸ ਸਟਾਈ ਪੂਰਾ ਹੈਵੀ ਸ਼ਾਰਾ ਬਣਿਆ ਹੋਇਆ ਵਾ 35600 ਇੱਕ ਮਿੰਟ ਬੜੇ ਆ ਦੇਖੋ ਸ਼ਾਰੀਫ ਫਿਨਿਸ਼ਿੰਗ ਦੇਖੋ ਬਾਰਡਰ ਦੀ ਜੀ ਕੀ ਬਾਤ ਹੈ ਕੰਮ ਦੇਖੋ ਸਿਸਟਰ ਜੀ ਦਾ ਬਹੁਤ ਬਿਊਟੀਫੁਲ ਵਰਕ ਹੈ ਕਰੋ ਜਨ ਕਿ ਇੱਕ ਇੱਕ ਟਾਂਕਾ ਪੂਰਾ ਹੈਂਡ ਦਾ ਸਿਲਿਆ ਹੋਇਆ ਹੈ ਵਾ ਡੋਰੀ ਵੀ ਆ ਮਿਰਰ ਵਰਕ ਵੀ ਆ ਸੀਕੁਐਂਸ ਵੀ ਆ ਅਲਟੀਮੇਟ ਪੀਸ ਆ ਜੀ 35600 ਇਕਾ ਡਿਫਰੈਂਟ ਆਰਟੀਕਲ ਆਏਗਾ ਜੀ ਸਟੇਟ ਪੈਂਟ ਦੇ ਨਾਲ ਹਾਂਜੀ ਪਲੀਜ਼ ਵੀਡੀਓ ਸ਼ੇਅਰ ਕਰੋ ਸਾਈਜ਼ ਸਾਰੇ ਨੇ ਸਿਸਟਰ ਜੀ ਅਫਰੀਨ ਜੀ ਯਾਨੀ ਕਿ 38 ਵੀ ਆ 40 ਵੀ ਆ 42 ਵੀ ਹੈਗਾ ਹਰ ਤਰ੍ਹਾਂ ਦਾ ਤੁਹਾਨੂੰ ਸਾਈਜ਼ ਮਿਲੇਗਾ ਇਸ ਵੀਡੀਓ ਦੇ ਅੰਦਰ ਜਿੰਨੇ ਵੀ ਅਸੀਂ ਆਰਟੀਕਲ ਦਿਖਾਵਾਂਗੇ ਮਨਪ੍ਰੀਤ ਗਰੇਵਾਲ ਜੀ ਲੋ ਜੀ ਇਹ ਆਏਗਾ ਜੀ ਪ੍ਰੋਪਰਲੀ ਪੈਂਟ ਸਟਾਈਲ ਜੀ ਕੰਮ ਦੇਖੋ ਜੀ ਯਾਨੀ ਕਿ 3 ਕੱਟ ਬਨੇ ਹੋਏ ਬਸ ਸੈਂਟਰ ਚ ਵੀ ਕੱਟ ਆ ਸਾਈਡ ਤੇ ਵੀ ਲੌਂਗ ਕੱਟ ਹੈਗਾ ਵਾ ਤੇ ਨੀਚੇ ਆਏਗੀ ਸਟੇਟ ਪੈਂਟ ਔਰ ਕਲਰ ਆਏਗਾ ਸਿਸਟਰ ਜੀ ਸਕਾਈ ਬਲੂ ਦਾ ਦਿਖਾ ਬਟੇ ਆਹ ਲੋ ਜੀ ਬੈਕ ਤੇ ਨੈਕਲਾਈਨ ਬਣਿਆ ਹੋਇਆ ਹੈ ਬਾਹਰ ਨੀਚੇ ਬਾਰਡਰ ਵੀ ਆ ਔਰ ਆਏਗਾ ਦੁਪੱਟਾ ਜੀ ਦਾ ਸਿਸਟਰ ਜੀ ਜਿੰਨੇ ਵੀਡੀਓ ਵਾਰ ਤੋਂ ਵਾਰ ਸ਼ੇਅਰ ਕਰੋਗੇ ਉਹਨੇ ਆਪਣੇ ਫੈਮਿਲੀ ਮੈਂਬਰ ਜਿਹਨੂੰ ਅਸੀਂ ਬੋਲਦੇ ਆ ਫੇਸਬੁਕ ਦੇ ਫੈਮਿਲੀ ਮੈਂਬਰਸ ਨਾਲ ਜੁੜਨਗੇ ਆਪਣੇ ਨਾਲ ਸਿਰਫ ਤੁਹਾਡੇ ਸ਼ੇਅਰ ਕਰਨ ਤੇ ਲਾਈਕ ਕਰਨ ਤੇ ਕਮੈਂਟ ਕਰਨ ਤੇ ਔਰ ਇਹ ਆਏਗਾ ਜੀ 23500 ਦੀ ਰੇਂਜ 23500 ਓਨਲੀ ਫੋਰ ਔਰ ਸ਼ਾਰੇ ਵੀ ਹੋਰ ਵੀ ਆ ਗਏ ਨੇ ਲੋ ਜੀ ਇਸ ਤੋਂ ਬਾਅਦ ਤੁਹਾਨੂੰ ਦੋ ਸ਼ਾਰੇ ਹੋਰ ਦਿਖਾ ਕੇ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਇੰਡੋ-ਵੈਸਟਰਨ ਸਟਾਈਲਿਸ਼ ਹਾਕਕ ਵਰਕ ਸਾਰਾ ਪ્યોਰ ਰੋਡ ਉੱਤੇ 골ਡ ਟੂ 골ਡ ਬਹੁਤ ਰੀਅਲ ਆਂਦਾ ਸਿਸਟਰ ਜੀ ਬੜਾ ਫਲੇਅਰ ਫੜਿਆ ਇਹਦਾ ਔਰ ਫਲੇਅਰ ਸਿਸਟਰ ਜੀ ਇੰਨੇ ਨੇ ਕਿ ਅਗਰ ਤੁਸੀਂ ਸ਼ਾਰਾ ਨਹੀਂ ਵੇਅਰ ਕਰਨਾ ਤਾਂ ਸੈਂਟਰ 'ਚ ਇਸ ਨੂੰ ਬੰਦ ਕਰਕੇ ਪ੍ਰੋਪਰਲੀ ਨੀਚੇ ਸਕਰਟ ਬਣ ਸਕਦੀ ਹੈ ਇੰਨੇ ਦੇਖੋ ਕਿੰਨਾ ਫਲੇਅਰ ਹੈ ਦੇਖੋ ਪ੍ਰੋਪਰ 4.5 ਤੋਂ 5 ਮੀਟਰ ਦਾ ਫਲੇਅਰ ਆ ਬੈਕ ਤੇ ਸ਼ਾਰਟ ਕੁੜਤੀ ਦਾ ਵਾਕ ਕਿੱਤਾ ਹੋਇਆ ਬੈਕ ਤੇ ਨੈਕ ਵੀ ਆ ਬਾਜ਼ੂ ਵੀ ਆ ਡੋਰੀ ਵੀ ਆ ਲਟਕਣ ਵੀ ਨੇ ਅ ਪ੍ਰਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਸ਼ੇਅਰ ਕਰਨ ਵਾਸਤੇ ਔਰ ਆਇਗਾ ਦੁਪੱਟਾ ਜੀ ਦਾ ਪ੍ਰੋਪਰ ਸਕੈਲਪਿੰਗ ਸਾਰਾ ਮਿਰਰ ਵਰਗੋਟੇ ਦਾ ਕੰਮ ਔਰ ਸਭ ਦੇ ਨਾਲ ਬਾਜ਼ੂ ਨੇ ਕੋਈ ਵੀ ਐਸਾ ਆਰਟੀਕਲ ਨਹੀਂ ਹੋਏਗਾ ਜਿਨ੍ਹਾਂ ਬਾਜ਼ੂ ਨਹੀਂ ਹੋਣਗੇ ਉਹ ਤੁਹਾਡੀ ਚੁਆਇਸ ਆ ਤੁਸੀਂ ਹਾਫ ਕਰਨੇ ਨੇ ਫੁੱਲ ਕਰਨੇ ਨੇ ਕੁਆਟਰ ਕਰਨੇ ਨੇ ਇਹ ਆਏਗਾ ਜੀ 29690 29690 only for ਥੈਂਕ ਯੂ ਸੋ ਮੱਚ ਜੋਤ ਜੀ ਥੈਂਕ ਯੂ ਸੋ ਮੱਚ ਅਨਿਕੇਤ ਰਾਜਪੂਤ ਜੀ ਕੀ ਬਾਤ ਹੈ ਜੀ ਤੇ ਵੀਡੀਓ ਸ਼ੇਅਰ ਕਰਨ ਵਾਸਤੇ ਦਿਲ ਤੋਂ ਧੰਨਵਾਦ ਤੁਸੀਂ ਬਹੁਤ ਅੱਛੇ ਕਲਾਇੰਟ ਹੈਗੇ ਹੋ ਤੇ ਇੱਕ ਆਏਗਾ ਜੀ ਡਿਜ਼ਾਈਨਰ ਅਨੀਤਾ ਡੋਂਗਰੇ ਵਰਲਡ ਫੇਮਸ ਡਿਜ਼ਾਈਨਰ ਬ੍ਰਾਂਡ ਪੀਸ ਹੋਏਗਾ ਜੀ ਔਰ ਸ਼ੋਰਟ ਕੁਰਤੀ ਦੇ ਨਾਲ ਮਿਲੇਗਾ ਤੁਹਾਨੂੰ ਪ੍ਰੋਪਰਲੀ ਹੈਵੀ ਪੀਕੋਕ ਵਾਲਾ ਸ਼ਾਰਾ ਬੇਟੇ ਦਿਖਾਓ ਸ਼ਾਰੀ ਲੁੱਕ ਦਿਖਾਓ ਆਓ ਲੋ ਜੀ ਵੌਕ ਸੋਰੀ ਸਾਰਾ ਨਹੀਂ ਘਰਾਰਾ ਹੈਗਾ ਜੀ ਪ੍ਰੋਪਰ ਥਾਈਸ ਤੋਂ ਫਿਟਿੰਗ ਹੋਏਗੀ ਉਹ ਨੀਚੋ ਸਾਰਾ ਗੋਟਾ ਪੱਤੀ ਦਾ ਵੌਕ ਹੈਗਾ ਪੀਕਾਕਸ ਦੇਖੋ ਕਿੰਨੇ ਪਿਆਰੇ ਬਣੇ ਹੋਏ ਨੇ ਪਰ ਇਹ ਕਲਰ ਆਇਗਾ ਜੀ ਅਨੀਅਨ ਕਲਰ ਔਰ ਛੜ ਦੇ ਨੈਕ ਦੀ ਫਿਟਿੰਗ ਬਹੁਤ ਕਲਾਸਿਕਲ ਕਿਉਂਕਿ ਸਾਰੇ ਫਿਨਿਸ਼ਿੰਗ ਪੱਟੀ ਬਹੁਤ ਅਚੀਤੀ ਹੋਈ ਆ ਜੋਟਾ ਲਾ ਬਟੇ ਲੈ ਆ ਬਟਾ ਮਟਾ ਦੇਖੋ ਕੰਮ ਦੇਖੋ ਜੀ ਇਦਾਂ क्या बात है जी दिस इज अ ब्यूटीफुल दुपट्टा प्रोपरली डिजाइनर बुटीक स्टाइल जी ये जयपुर की बुटीक है डिजाइनर अनीता डोंगरे वर्ल्ड के फेमस डिजाइनर जी और देखो नैकलाइन की बु देखो बुटीक प्रॉपर फिनिशिंग बहुत क्लास है जी ये य्वेंटी फोर थाउजेंड नाइन ट्वेंटी ओनली फोर चौबीस नौ सौ भी ऑर्डर का पीस एक पीस में तो मिसिंग है तेरह नंबर आर्टिकल जी हम दिखावे थोड़ा चौदह नंबर आर्टिकल जी ਹਲੋ ਕਰੰਦਾ ਆਰਡਰ ਹੈਗਾ ਇਹ ਲੋ ਜੀ ਸਕਰਟ ਦੇ ਨਾਲ ਜੀ ਯਾਨਕੀ ਸ਼ਾਰਟ ਸ਼ਰਟ ਹੋਏਗੀ ਨੇਅਰ ਬਾਊਟ 42 ਦੇ ਆਸ-ਪਾਸ ਲੈਂਥ ਹੋਏਗੀ ਸਿਸਟਰ ਜੀ ਇਹਦੀ ਔਰ ਇਹ ਜਿਹੜਾ ਸਕਰਟ ਹੈਗੇ ਜੋੜਰ ਦੀ ਉੱਪਰ ਪੂਰਾ ਬਾਰਡਰ ਦੇਖੋ ਜੀ ਇਹਦਾ ਸਾਰਾ ਜ਼ਰੀ ਦਾ ਵਰਕ ਆ थ्रेड ਵਰਕ ਹੋਏਗਾ ਪ੍ਰੋਪਰ ਸਟੋਨ ਦੀ ਮੈਚਿੰਗ ਹੋਏਗੀ ਬਹੁਤ ਸੋਹਣੀ ਕੱਮ ਦੇਖੋ ਸੱਚੇ ਪ੍ਰੋਪਰਲੀ ਡੋਰੀ ਦਾ ਵਰਕ ਆ 슬ੀਵਸ ਹੈਗੇ ਨੇ ਪ੍ਰੋਪਰ ਕੁਆਟਰਸ ਹੋਣਗੇ ਮਸਟਰਡ येलो ਮਸਟਰਡ ਕਲਰ ਜੀ ਕੀ ਬਾਤ ਆ ਜੀ ਬਹੁਤ ਸੋਣੀ ਬੈਗ ਤੇ ਬਾਰਡਰਿੰਗ ਆ ਡੋਰੀ ਵੀ ਆ ਟਸਸ ਵੀ ਨੇ ਔਰ ਦੁਪੱਟਾ ਦੇਖੋ ਸਿਸਟਰ ਦਾ ਦੁਪੱਟਾ ਟੂ ਕਲਾਸ ਸਿੰਪਲ ਸੋਬਰ ਐਲੀਗੈਂਟ ਫੋਰ ਸਾਈਡ ਬਾਰਡਰ ਆ ਸਾਰਾ ਕੰਮ ਦੇਖੋ ਸਾਰਾ ਕਲੋਜ਼-ਅਪ ਦਿਖਾ ਰਿਹਾ ਮੈਂ ਤੁਹਾਨੂੰ ਇੱਕ ਚੀਜ਼ ਦਿਖਾ ਰਿਹਾ ਸਿਸਟਰ ਜੀ ਕਲੋਜ਼-ਅਪ ਵੀ ਤੋੜਾ ਦੂਰੋਂ ਵੀ ਕਿ ਕੰਮ ਦੀ ਕੁਆਲਿਟੀ ਸ਼ਿਪਿੰਗ ਆਪਣੀ ਵਰਲਡਵਾਈਡ ਆ ਕਿਤੇ ਵੀ ਬੈਠ ਕੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਇਹ ਆਏਗਾ ਜੀ 25520 ਦੇਖਿਆ ਨਾ ਠੀਕ ਹੈ ਇਹ ਅਸੀਂ ਹੁਣ ਦਿਖਾਵਾਂਗੇ ਤੁਹਾਨੂੰ ਨੇਅਰਬਾਊਟ 7 ਲਹੰਗੇ 7 ਹੈ ਨਾ 6-7 ਲਹੰਗੇ ਦਿਖਾਵਾਂਗੇ ਬੜੇ ਕ ਲੰਗ ਦਿਖਾ ਥੋੜਾ ਫਲੇਅਰ ਦਿਖਾ ਕਸਟਮਰ ਨੂੰ ਦੇਖੋ ਸਿਸਟਰ ਜੀ ਫਲੇਅਰ ਦੇਖੋ ਲਹੰਗੇ ਦਾ ਕੀ ਬਾਤ ਹੈ ਜੀ ਜਿੰਨੇ ਵੀ ਫਲੇਅਰ ਹੋਣਗੇ ਸਿਸਟਰ ਜੀ ਸਾਰੇ ਸਮਾਰਟ ਫਲੇਅਰ ਰਹਿਗੇ ਨੇ 6-7 ਮੀਟਰ ਦਾ ਫਲੇਅਰ ਹੋਏਗਾ ਡਾਡਾ ਇੱਥੇ ਦਾ ਅੱਛਾ ਹਾ ਲੋ ਜੀ ਕੀ ਜੀ ਤੇ ਲੰਘੇ ਮਿਲ ਪੜਿਆ ਹੋਗਾ ਅਨ ਸੀ ਹੋ ਗਏ ਆਂਦੇ ਹਾ ਲੋ ਜੀ ਆਇਗਾ ਚੋਲੀ ਦਾ ਪਾਰਟ ਸਿਸਟਰ ਜੀ ਔਰ ਅਗਰ ਤੁਸੀਂ ਇਹਨਾਂ ਵੀ ਬਾਜ਼ੂ ਐਡ ਕਰਨ ਨੂੰ ਕਹਿੰਨਾ ਸਟੈਪ ਨੂੰ ਬਰੋਡਕਾਸਟ ਕਰ ਸਕਦੇ ਹੋ ਨਾਲ ਬਾਜ਼ੂ ਐਡ ਕਰ ਸਕਦੇ ਹੋ ਔਰ ਆਏਗੀ ਲਹਿੰਗੇ ਦੀ 벨ਟ ਤੇ ਵਾਕ ਸਭ ਤੋਂ ਫੇਮਸ ਕਲਰ ਆ ਜੀ ਆਈਵਰੀ ਕਲਰ ਜਾਨੀ ਕਿ ਕਰੀਮ ਤੋਂ ਹਲਕਾ ਜਿਹਾ ਡਾਰਕ ਆ ਦੇਖੋ ਬੈਕ ਇਹਦੀ ਹਟਾਰ ਦੇ ਬਟ ਪੱਚੀ ਤਾਰ ਦੇ ਲੋ ਜੀ ਸਾਰੀ ਸੀਕਵੈਂਸ ਆ ਦੇ ਉੱਪਰ ਹੈਗੀ ਹੈ ਫੌਜੀ ਕਲਰ ਦੀ 골ਡ ਕਲਰ ਦੀ ਔਰ ਸਾਰਾ ਆਏਗਾ ਜੀ ਕਰੀਮ ਕਲਰ ਜੀ ਜਿਹਨੂੰ ਅਸੀਂ ਬੋਲਦੇ ਆ ਆਈਵਰੀ ਕਲਰ ਦਬਟਾ ਦੇਖੋ ਸਿਸਟਰ ਜੀ ਦਾ ਪਿਓਰ ਚਨੋਂਨ ਦਾ ਫੋਰਟ ਸਾਈਡ ਬਾਰਡਰ ਪਲੱਸ ਸੀਕਵੈਂਸ ਦੀ ਬੂਟੀ ਇਇ ਆਏਗਾ ਜੀ 21360 ਯਾਨੀ ਕਿ 21360 ਦੀ ਰੇਂਜ ਦੇ ਅੰਦਰ ਜੀ ਔਰ ਨੈਕਸਟ ਆਰਟੀਕਲ ਆਏਗਾ ਇੰਡੋ-ਵੈਸਟਰਨ ਸਟਾਈਲ ਜੀ ਮਜ਼ੈਂਟਾ ਦੇ ਨਾਲ ਨੇਵੀ ਬਲੂ ਐਂਡ ਬਲੈਕ ਕਲਰ ਦੀ ਮੈਚਿੰਗ ਔਰ ਆਏਗਾ 3 ਪੀਸ ਹੋਏਗਾ ਸਿਸਟਰ ਵਿਦਆਊਟ ਅਟੈਚ ਜੈਕਟ ਹੋਏਗੀ ਇਹਦੀ ਆ ਆਏਗਾ ਸਕਰਟ ਦਾ ਪੈਟਰਨ ਸਾਰਾ ਮਜ਼ੈਂਟਾ ਦੇ ਨਾਲ ਬਲੈਕ ਕਲਰ ਟੱਚਿੰਗਾ ਆਏਗਾ ਬਲਾਊਜ਼ਾ ਪੈਟਰਨ ਇਹ ਤੁਸੀਂ ਵਿਦਆਊਟ ਜੈਕਟ ਵੀ ਵੇਅਰ ਕਰ ਸਕਦੇ ਹੋ ਯਾਨੀ ਕਿ ਵਿਦਆਊਟ ਦੁਪੱਟਾ ਹੁੰਦਾ ਸਿਸਟਰ ਯਾਨੀ ਕਿ ਆਹ ਵਾਹ ਆਹ ਲੋ ਜੀ ਮਜ਼ਨਤਾ ਦੇ ਨਾਲ ਇੰਡੋ ਵੈਸਨ ਸੈਲ ਡਿਜ਼ਾਈਨਰ ਸਤਿਆਪਾਲ ਦਾ ਬ੍ਰਾਂਡ ਕਿਉਂਕਿ ਸਾਰਾ ਪ੍ਰਿੰਟਿੰਗ ਦੇ ਉੱਪਰ ਹੈਗਾ ਵਾ ઓ ਰੇਂਜ ਬਹੁਤ ਜੈਨੂਨ ਪ੍ਰਾਈਸ ਹੈ ਬਹੁਤ ਹੀ ਜੈਨੂਨ ਪ੍ਰਾਈਸ ਆ 14240 ਦੀ ਰੇਂਜ ਦੇ ਅੰਦਰ ਹੈਗਾ ਜੀ 14240 ਲਓ ਬਟੇ ਨੈਕਸਟ ਆਰਟੀਕਲ ਲੋ ਜੀ ਚਾਰ ਕੁਲ ਗ੍ਰੇ ਕਲਰ ਕੰਮ ਦੇਖੋ ਸਿਸਟਰ ਜੀ ਜੀ ਸਾਰਾ ਡੋਰੀ ਪਿੱਟੇ ਦਾ ਵਰਕ ਆ ਨੀਚੇ ਮਿਰਰ ਦਾ ਬਾਰਡਰ ਹੋਏਗਾ ਆ ਦੇਖੋ ਬਲਾਊਜ਼ ਦੀ ਪੈਟਰਨਿੰਗ ਦੇਖੋ ਜੀ ਜਾਨਕੀ ਐਲਬੋ ਤੱਕ ਦੇ ਬਾਜ਼ੂ ਨੇ ਬੜੇ ਫਲੇਅਰ ਦਿਖਾਏ ਤਾਂ ਸੋ ਇਸ ਲੈਂਗੇਜ ਖਾਸ ਕੀ ਹੁੰਦਾ ਗਰਲਜ਼ ਉਹ ਲੇਡੀਜ਼ ਨੂੰ ਕੀ ਰਿਕੁਆਇਰਮੈਂਟ ਹੁੰਦੀ ਆ ਕਿ ਲੈਂਗੇ ਦਾ ਫਲੇਅਰ ਬਹੁਤ ਸੋਹਣਾ ਹੋਣਾ ਚਾਹੀਦਾ ਵਾ ਪ੍ਰੋਪਰਲੀ ਰਾਉਂਡ ਅਪ ਹੋਣਾ ਚਾਹੀਦਾ ਵਾ ਔਰ ਇਹ ਬਣਿਆ ਹੋਇਆ ਬਸ 60 ਗ੍ਰਾਮ ਜੋੜ ਦੇ ਫੈਬਰਿਕ ਤੇ ਪਰ ਆ ਚੋਲੀ ਦੀ ਬੈਕ ਅਗਰ ਬੈਕ ਨੂੰ ਕਵਰ ਕਰਨਾ ਤਾਂ ਕਵਰ ਵੀ ਕਰ ਸਕਦੇ ਆ ਆਪਾਂ ਵਟਾ ਦਿਖਾਈ ਬਟੇ ਫੋਰ ਆਇ ਗਾ ਡਿਜ਼ਾਈਨਰ ਦੁਪੱਟਾ ਫੋਰ ਸਾਈਡ ਬਾਰਡਰ ਸਕੈਲਪਿੰਗ ਵਾਲਾ ਬਾਰਡਰ ਕੰਮ ਦੇਖੋ ਜੀ ਦੋ ਇਹ ਚੀਜ਼ਾਂ ਦੀ ਰੇਂਜ ਦੇਖੋ ਸਿਸਟਰ ਜੀ ਜਾਨੀ ਕਿ ਤੁਸੀਂ ਮਾਰਕੀਟ 'ਚ ਦੇਖੋਗੇ ਤਾਂ ਤੁਹਾਨੂੰ ਇਹ ਬਾਰਡਰ 35 40 ਦੀ ਰੇਂਜ 'ਚ ਤੁਹਾਨੂੰ ਰੇਂਜ ਸ਼ੁਰੂ ਹੁੰਦੀ ਆ ਪਰ ਆਪਣਾ ਡਾਇਰੈਕਟ ਆਪਣਾ ਹੈਗਾ ਵਰਕ ਆਪਣਾ ਕਾਰੀਗਰਾਂ ਦੇ ਨਾਲ ਸਿਰਫ 21360 21360 ਓਨਲੀ ਫੋਰ ਲਾਸਟ ਆਰਟੀਕਲ ਹੋਆ ਥੈਂਕ ਯੂ ਤੋਂ ਜੀ ਨੈਕਸਟ ਆਰਟੀਕਲ ਦੇਖੋ ਜੀ ਪਿਓਰ ਚਿਨੌਨ 'ਚ ਦਿਖਾਓ ਬੱਡੇ ਫਲੇਅਰ ਇਹਦਾ ਇਹਦਾ ਉਸ ਤੋਂ ਵੀ ਵੱਧ ਫਲੇਅਰ ਆ ਜੀ 8.5 ਮੀਟਰ ਦਾ ਫਲੇਅਰ ਹੋਏਗਾ ਦੇਖੋ ਕੀ ਬਾਤ ਹੈ ਜੀ ਕੀ ਬਾਤ ਹੈ ਜਿੰਨੀ ਵੀਡੀਓ ਸ਼ੇਅਰ ਕਰੋਗੇ ਉਹਨੇ ਬਣੋਗੇ ਲੱਕੀ ਕਸਟਮਰ ਕਿਉਂਕਿ ਅਸੀਂ ਤੁਹਾਨੂੰ ਦਵਾਂਗੇ ਹੈਂਬਰ ਗਿਫਟਸ ਆ ਕੰਮ ਦੇਖਿਓ ਜੀ ਸਾਰਾ ਥ੍ਰੈਡ ਵਰਕ ਹੋਏਗਾ ਔਰ ਸਾਰਾ ਡਸਟੀ ਪੀਚ ਕਲਰ ਹੈਗਾ ਉਹਦੇ ਉੱਪਰ ਹਲਕਾ ਜਿਹਾ ਸਿਲਵਰ ਕੰਮ ਕੀਤਾ ਹੈ ਹਲਕਾ ਜਿਹਾ ਮੋਵ ਵਕ ਕੀਤਾ ਹੋਇਆ ਵਾ ਸਕੈਲਪਿੰਗ ਵਾਲਾ ਬਲਾਊਜ਼ ਬਣਿਆ ਹੈ ਬੜ ਤੇ ਬਾਰਡਰ ਹੋਏਗਾ ਔਰ ਹਰ ਲਹਿੰਗੇ ਦਾ ਦੁਪੱਟਾ ਲਾਈਟ ਹੁੰਦਾ ਬਟ ਫਰਸਟ ਐਸਾ ਲਹਿੰਗਾ ਵਾਕਿਆ ਦੁਪੱਟਾ ਬਹੁਤ ਸੋਨਾ ਬਣਿਆ ਹੋਇਆ ਹੈ ਬਸ ਸਾਈਜ਼ ਸਾਰੇ ਹੈਗੇ ਨੇ 38 40 ਐਂਡ 42 ਇਹ ਹੈਗੇ ਸਾਰੇ ਬ੍ਰਾਂਡ ਦੇ ਪੀਸਿਸ ਯਾਨੀ ਕਿ ਸਤਿਆਪਾਲ ਮਨੀਸ਼ ਲੋਤਰਾ ਰਿਤੂ 베ਰੀ ਸਤਿਆਪਾਲ ਅਨੀਤਾ ਡੋਂਗਰੇ ਸੀਮਾ ਗੁਜਰਾਲ ਸਬਿਆ ਸਾਚੀ ਐਸੇ ਡਿਜ਼ਾਈਨਰ ਨੇ ਜਿਹੜੇ ਤੁਹਾਨੂੰ ਹਰ ਵਾਰੀ ਤੁਹਾਨੂੰ ਮਿਲਣਗੇ ਅਲਟੀਮੇਟ ਡਿਜ਼ਾਈਨਸ ਅਸੀਂ ਡਾਇਰੈਕਟ ਕਾਰੀਗਰਾਂ ਤੋਂ ਬਾਈ ਕਰਦੇ ਹਾਂ 24740 ਓਨਲੀ 4 24740 ਦੇ ਹੁਣ ਆਇਗਾ ਸਾਕੇ लास्ट ਡਿਜ਼ਾਈਨ ਜੀ ਜਿਹੜਾ ਡ੍ਰੇਪ ਦੇ ਨਾਲ ਹੋਏਗਾ ਜੈਕਟ ਦਾ ਸਟਾਈਲ ਔਰ ਇਹ ਹੈਗਾ ਜੀ 3 ਪੀਸ ਹੋਏਗਾ ਨੀਚੇ ਸਕਰਟ ਬਣੀ ਹੈ ਲਾਈਟ ਵੇਟ ਫਿਰ ਇਹ ਹੈਗਾ 베ਬੀ ਪਿੰਕ ਕਲਰ ਜੀ ਕੀ ਬਾਤ ਹੈ ਕਲਰ ਹੀ ਬੜਾ ਸਮਾਰਟ ਆ ਸਿਸਟਰ ਜੀ ਸਾਰਾ ਪੌਲ ਦੀ ਟੱਚਿੰਗ ਆ ਇਹ ਵੀ ਜਿਹੜੀ ਜੈਕਟ ਹੈਗੀ ਆ ਵਿਦਆਊਟ ਅਟੈਚ ਜੈਕਟ ਹੈਗੀ ਆ ਕਿ ਤੁਸੀਂ ਜੈਕਟ ਤੋਂ ਅਲਾਵਾ ਵੀ ਵੇਅਰ ਕਰ ਸਕਦੇ ਹੋ ਯਾਨਕਿ ਪਿਓਰ ਚਨੋਂ ਦੀ ਸਕਰਟ ਬਣੀ ਆ ਫਿਰ ਬਲਾਊਜ਼ ਬਣਿਆ ਹੋਇਆ ਵਾ ਕੰਮ ਦੇਖੋ ਜੀ ਅਰ ਥੈਂਕ ਯੂ ਸੋ ਮਚ ਰੂਚੀ ਕੌਰ ਜੀ ਤੁਸੀਂ ਸ਼ੇਅਰ ਕੀਤਾ ਬਾ ਜੂਰ ਸ਼ੇਅਰ ਕਰਿਆ ਕਰੋ ਕਿਉਂਕਿ ਆਪਣੇ ਨਵੇਂ ਤੋਂ ਨਵੇਂ ਮੈਂਬਰਸ ਆਪਣੇ ਫੈਮਿਲੀ ਮੈਂਬਰਸ ਆਪਣੇ ਕਜ਼ਨਸ ਆਪਣੇ ਫਰੈਂਡ ਨਾਲ ਆਪਣੇ ਜੁੜਦੇ ਨੇ ਕਿਉਂਕਿ ਹਰ ਕਸਟਮਰ ਨੂੰ ਹੁਣ ਨੀਡ ਹੈਗੀ ਆ ਅੱਛੇ ਆਰਟੀਕਲ ਦੀ ਅੱਛੇ ਡਿਜ਼ਾਈਨਰ ਪੀਸੇਸ ਦੀ ਇਹ ਹੈਗਾ ਜੀ 26160 26160 ਓਨਲੀ 4 ਮੈਂ ਕੀ ਕਹਿ ਰਿਹਾ ਸੀ ਕਿ ਸਭ ਨੂੰ ਨੀਡ ਹੁੰਦੀ ਆ ਅੱਛੇ ਡਿਜ਼ਾਈਨਰ ਆਰਟੀਕਲ ਦੀ ਕਿਉਂਕਿ ਹੁਣ ਆਪਣੇ ਨਵਰਾਤਰੀ ਸਟਾਰਟ ਨੇ ਘਰ ਚ ਫੈਮਿਲੀ ਫੰਕਸ਼ਨ ਨੇ ਕਜ਼ਨ ਦੀ ਮੈਰिजਾ ਫਰੈਂਡ ਦੀ ਮੈਰिजਾ ਸਭ ਨੂੰ ਨੀਡ ਹੋਣੀ ਆ ਅੱਛੇ ਡਿਜ਼ਾਈਨਰ ਆਰਟੀਕਲ ਦੀ ਤੇ ਇਸੇ ਕਰਕੇ ਅਸੀਂ ਤੁਹਾਨੂੰ 3 4 5 ਦਿਨ ਲਗਾਤਾਰ ਵੀਡੀਓ ਦਿਖਾਵਾਂਗੇ ਰੈਡੀਮੇਡ ਦੇ ਅੱਛੇ ਅੱਛੇ ਆਰਟੀਕਲ ਦੀ ਬਟ ਤੁਸੀਂ ਜੋ ਵੀ ਲਾਇਕ ਕਰਨਾ ਵਾ ਸਕਰੀਨਸ਼ਾਟ ਲੋ ਨੰਬਰ ਅਸੀਂ ਮੈਂਸ਼ਨ ਕੀਤੇ ਹੋਏ ਨੇ ਉੱਪਰ ਉਹ ਕਿਸੇ ਵੀ ਨੰਬਰ ਨੂੰ ਇੱਕ ਸੇਵ ਕਰਕੇ ਉੱਥੇ ਸਕਰੀਨਸ਼ਾਟ ਭੇਜੋ ਔਰ ਆਪਣੇ ਪੈਸਾਂ ਦੀ ਬੁਕਿੰਗ ਕਰਵਾਓ ਸ਼ਿਪਿੰਗ ਸਾਡੀ ਵਰਲਡਵਾਈਡ ਆ ਕਿਤੇ ਵੀ ਬੈਠ ਕੇ ਤੁਸੀਂ ਆਪਣਾ ਆਰਡਰ ਪਲੇਸ ਕਰੋ 2 ਤੋਂ 3 ਡੇਸ ਇੰਡੀਆ ਦੇ ਅੰਦਰ ਔਰ 4 ਤੋਂ 5 ਡੇ ਪੂਰੇ ਆਲ ਵਰਲਡ ਦੇ ਅੰਦਰ ਜੀ ਉਹ ਜਿਹੜਾ ਕਸਟਮਰ ਸਭ ਤੋਂ ਵੱਧ ਸ਼ੇਅਰ ਕਰੇਗਾ ਵੀਡੀਓ ਉਹਨੂੰ ਸਾਡੀ ਬੁਲਵੀਟ ਟੀਮ ਵੱਲੋਂ ਮਿਲੇਗਾ ਬਹੁਤ ਹੀ ਹੈਂਪਰ ਗਿਫਟਸ ਉਹ ਦੱਸ ਨਹੀਂ ਸਰਪ੍ਰਾਈਜ਼ ਰੱਖਾਂਗੇ ਥੋੜਾ ਜਿਹਾ ਤੁਹਾਨੂੰ ਅੱਛੇ-ਅੱਛੇ ਗਿਫਟ ਦਵਾਂਗੇ ਅਸੀਂ ਜਿਹੜਾ ਸਭ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੇਗਾ ਔਰ ਇਹ ਆਏਗਾ ਜੀ 12460 ਦੀ ਰੇਂਜ ਦੇ ਅੰਦਰ ਤੇ ਇਹ ਲਾਸਟ ਆਰਟੀਕਲ ਜਿਹੜਾ ਕਰੇਪ ਦੇ ਉੱਪਰ ਸੀਗਾ نیچے ਹੈਰਮ ਬਾਟਮ ਸੀ ਬਲਾਊਜ਼ ਸੀ ਜੈਕਟ ਸੀ ਤੇ ਮੈਂ ਦੁਬਾਰਾ ਸ਼ੋਅ ਕਰ ਰਿਹਾ ਸਾਡੇ ਸ਼ਾਪ ਦੇ WhatsApp ਨੰਬਰ 1 2 3 ਤਿੰਨੇ ਨੰਬਰ ਅਲਾਊਡ ਹੈਗੇ ਨੇ ਕਿਸੇ ਵੀ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਸਕਰੀਨ ਸ਼ਾਟਸ ਭੇਜ ਸਕਦੇ ਹੋ ਔਰ ਆਪਣੇ ਪੀਸਾਂ ਦੀ ਬੁਕਿੰਗ ਕਰਵਾ ਸਕਦੇ ਹੋ ਤੇ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਕਾਲ ਉਮੀਦ ਕਰਦਾ ਕਿ ਸਭ ਨੂੰ ਵੀਡੀਓ ਬਹੁਤ ਸਮਾਰਟ ਲੱਗੀ ਹੋਏਗੀ ਕਿਉਂਕਿ ਨਵੇਂ-ਨਵੇਂ ਆਰਟੀਕਲ ਨੇ ਸਭ ਨੂੰ ਨੀਡ ਹੁੰਦੀ ਆ ਅੱਛੇ ਡਿਜ਼ਾਈਨਰ ਆਰਟੀਕਲ ਦੀ ਤੇ ਸਭ ਨੂੰ ਰਿਕਵੈਸਟ ਆ ਸਾਰੇ ਸਿੰਗਲ ਸਿੰਗਲ ਆਰਟੀਕਲ ਨੇ ਜਿੰਨਾਂ ਨੇ ਵੀ ਬਾਈ ਕਰਨੇ ਨੇ ਨੰਬਰਾਂ ਨੂੰ ਸੇਵ ਕਰ ਲੋ ਸਕਰੀਨ ਸ਼ਾਟ ਲੋ ਨੰਬਰਾਂ ਤੇ ਵਟਸਐਪ ਕਰੋ ਔਰ ਆਪਣੇ ਪੈਸਾਂ ਦੀ ਬੁਕਿੰਗ ਕਰਵਾਓ ਤੇ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸ਼ਸ਼ੀਕਾਲ ਫਿਰ ਮਿਲਾਂਗੇ ਕੁਝ ਨਵੇਂ ਆਰਟੀਕਲ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ ਤੇ ਸਾਰਿਆਂ ਨੂੰ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ